ਸ਼ਹਿਰ ਵਿੱਚ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣ ਤੋਂ ਬਾਅਦ ਅੱਜ ਆਲ ਪਲਾਸਟਿਕ ਮੈਨੂਫੈਕਚਰ ਐਂਡ ਟ੍ਰੇਡਰ ਵੈਲਫੇਅਰ ਐਸੋਸੀਏਸ਼ਨ ਵਾਲੇ ਕਾਰਪੋਰੇਸ਼ਨ ਪੁੱਜੇ। ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੂੰ ਮਿਲਣ 'ਤੇ ਉਹਨਾਂ ਨੇ 50 ਮਾਈਕਰੋਨ ਤੱਕ ਦੇ ਲਿਫਾਫੇ ਵਰਤਣ ਦੀ ਇਜਾਜ਼ਤ ਦੇਣ ਬਾਰੇ ਮੰਗ ਕੀਤੀ। ਉਹਨਾਂ ਨੇ ਕਿਹਾ, ਸੈਂਟਰਲ ਸਰਕਾਰ ਵੱਲੋਂ 50 ਮਾਈਕਰੋਨ ਦੇ ਲਿਫਾਫੇ ਵਰਤਣ ਦੀ ਛੂਟ ਹੈ, ਪਰ ਨਿਗਮ ਨੇ ਹਰ ਤਰ੍ਹਾਂ ਦੇ ਪਲਾਸਟਿਕ ਦੇ ਲਿਫਾਫਿਆਂ ਦੇ ਉੱਤੇ ਬੈਨ ਲਗਾ ਦਿੱਤਾ। ਉਹਨਾਂ ਨੇ ਕਿਹਾ, ਉਹਨਾਂ ਦੀ ਪਹਿਲਾਂ ਵੀ ਇਸ ਬਾਰੇ ਗੱਲ MLA ਬਾਵਾ ਹੈਨਰੀ ਅਤੇ ਸਥਾਨੀ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋ ਚੁੱਕੀ ਹੈ। ਦਿੱਤੀ ਗਈ ਹੈ ਕਿ ਅਬਵ 50 ਮਾਈਕਰੋਨ ਹੀ ਬੈਨ ਕਰ ਦਿੱਤਾ ਗਿਆ ਹੈ। ਅਸੀਂ ਉਹਦੀ ਅਪੀਲ ਲੈ ਕੇ ਆਏ ਸਾਂ ਕਿ ਮਹੀਨੇ ਪਹਿਲਾਂ ਜਿਹੜੀ ਮੀਟਿੰਗ ਹੋਈ ਸੀ ਉਹਦੇ ਮੇਅਰ ਸਾਹਿਬ ਔਰ ਸਾਡੇ MLA ਹੈਨਰੀ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਬਿਲੋ 50 ਮਾਈਕਰੋਨ ਹੈ ਉਹ ਬੰਦ ਹੋਏਗਾ, ਅਬਵ 50 ਮਾਈਕਰੋਨ ਦੀ ਪਰਮਿਸ਼ਨ ਦਿੱਤੀ ਜਾਏਗੀ ਔਰ ਜੋ ਬਿਲੋ 50 ਮਾਈਕਰੋਨ ਬਣਾਏਗਾ ਉਹ ਬੇਸਿਕਲੀ ਪਨਿਸ਼ੇਬਲ ਹੋਏਗਾ। ਅਸੀਂ ਵੀ ਇਸ ਗੱਲ 'ਤੇ ਐਗਰੀ ਕੀਤੇ ਸਾਂ। ਇਹਨਾਂ ਨੇ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਸੀ ਕਿ 1 ਮਹੀਨੇ ਵਿੱਚ ਬਾਜ਼ਾਰ 'ਤੇ ਜਿੰਨਾ ਪਤਲਾ ਮਾਲ ਹੈਗਾ ਉਹ ਸਾਰਾ ਡਿਸਪੋਜ਼ ਆਫ ਹੋਣਾ ਜਾਣਾ ਚਾਹੀਦਾ ਸੀ। ਅੱਜ 1 ਮਹੀਨਾ ਪੂਰਾ ਹੋ ਗਿਆ ਪਰ ਨਿਊਜ਼ ਦੂਜੀ ਲੱਗ ਗਈ ਹੈ। ਅਸੀਂ ਉਹਦੀ ਪਲੀ ਲੈ ਕੇ ਆਏ ਹਾਂ ਕਿ ਜੋ ਸਾਡੀ ਕਮਿਟਮੈਂਟ ਆਪਸ 'ਤੇ ਹੋਈ ਸੀ ਕਾਇੰਡਲੀ ਉਹਨੂੰ ਕਰੋ। ਇਨ ਦਾ ਮੀਨ ਟਾਈਮ ਸਾਡਾ ਸਿੱਧੂ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ, ਠੀਕ ਹੈ। ਕੈਬਨਿਟ ਵਿੱਚ 1 ਰੈਜੋਲਿਊਸ਼ਨ ਅਸੀਂ ਇੱਥੋਂ ਹਾਊਸ ਤੋਂ ਪਾਸ ਕਰਾ ਕੇ ਸਿੱਧੂ ਸਾਹਿਬ ਨੂੰ ਦੇਣਾ, ਸਿੱਧੂ ਸਾਹਿਬ ਨੇ ਉਹਨੂੰ ਅੱਗੇ ਕੈਬਨਿਟ 'ਤੇ ਪੇਸ਼ ਕਰ ਦੇਣਾ ਵੇ, ਜਿਹਦੇ ਬਾਅਦ ਸਾਨੂੰ 100% ਚਾਂਸਿਸ ਹੈ ਕਿਉਂਕਿ ਸਾਡੀ ਸਰਕਾਰ ਕਾਂਗਰਸ ਸਰਕਾਰ ਜਿਹੜੀ ਸਾਡੀ ਆਪਣੀ ਹੈ ਉਹ 50 ਮਾਈਕਰੋਨ ਸੇ ਅਲਾਓ ਕਰਦੀ ਹੈ। ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਇਹ ਦਿੱਤਾ ਕਿ ਮੈਂ ਨਵੀਂ ਆਈ ਹਾਂ, ਅਜੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ, ਮੈਂ ਮੇਅਰ ਸਾਹਿਬ ਨਾਲ ਗੱਲ ਕਰਕੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਇਫ ਪੋਸੀਬਲ ਤੁਹਾਨੂੰ ਅਬਵ 50 ਮਾਈਕਰੋਨ ਦੀ ਪਰਮਿਸ਼ਨ ਦਿੱਤੀ ਜਾਏਗੀ। ਦੈਟ ਇਜ਼ ਓਨਲੀ ਆਫਟਰ ਦੈਟ ਡਿਸਕਸ਼ਨ। ਇਹ ਗੱਲ ਨਹੀਂ ਸਰ। ਅੱਜ ਜਿਹੜੀ ਚੈਕਿੰਗ ਦਾ ਤੁਸੀਂ ਸਵਾਲ ਦੱਸ ਰਹੇ ਹੋ, ਚੈਕਿੰਗ ਜਿਹੜੀ ਲਿਫਾਫਿਆਂ ਦੀ ਹੈ ਉਹ ਤਾਂ ਹੀ ਕੀਤੀ ਜਾਏਗੀ ਜਦੋਂ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਨਾਲ ਗੱਲ ਹੋ ਜਾਏਗੀ, ਉਸ ਤੋਂ ਬਾਅਦ ਹੀ ਇਹ ਚੈਕਿੰਗ ਕੀਤੀ ਜਾਏਗੀ।